ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਬਹੁਤ ਹੀ ਪਿਆਰਾ ਲੇਡੀਜ਼ ਕੋਟ ਲਈ ਡਿਜ਼ਾਈਨ ਲੈ ਕੇ ਆਈਆਂ ਕਾਫੀ ਫਰਮਾਇਸ਼ ਆਈ ਸੀ ਇਹ ਵਲੀ ਕਿ ਤੁਸੀਂ ਬਰਫੀ ਦੀਆਂ ਟੁਕੜੀਆਂ ਵਾਲਾ ਜਿਹੜਾ ਡਿਜ਼ਾਈਨ ਹੈ ਉਹ ਬਣਾਉਣਾ ਸਿਖਾਓ ਤੇ ਅੱਜ ਮੈਂ ਬਰਫੀ ਦੀਆਂ ਟੁਕੜੀਆਂ ਵਾਲਾ ਡਿਜ਼ਾਈਨ ਜਿਹੜਾ ਉਹ ਬਣਾਉਣਾ ਤੁਹਾਨੂੰ ਸਿਖਾਵਾਂਗੀ ਬਹੁਤ ਹੀ ਸੌਖਾ ਹੈ ਇਹ ਡਿਜ਼ਾਈਨ ਬਣਾਉਣਾ ਤੇ ਬਹੁਤ ਹੀ ਜਲਦੀ ਜਲਦੀ ਇਹ ਵਾਲਾ ਡਿਜ਼ਾਈਨ ਜਿਹੜਾ ਬਣਦਾ ਜਾਂਦਾ ਹੈ 10 ਕੁੰਡਿਆਂ ਦਾ ਟੋਟਲ ਡਿਜ਼ਾਈਨ ਹੈ 10-10 ਦੇ ਹਿਸਾਬ ਨਾਲ ਤੁਸੀਂ ਕੁੰਡੇ ਪਾ ਲਓ 4 ਕੁੰਡੇ ਵਾਧੂ ਪਾ ਲਓ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਉਲਟੀ ਸਾਈਡ ਤੋਂ ਜਿਹੜੇ ਕੁੰਡੇ ਤੁਹਾਨੂੰ ਜਿਸ ਤਰ੍ਹਾਂ ਨਜ਼ਰ ਆਉਣਗੇ ਉਸੇ ਹਿਸਾਬ ਨਾਲ ਹੀ ਬਣਾਉਣੇ ਨੇ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਨਾਲੇ ਹੀ ਸਾਈਡ ਤੇ ਬੈਲ ਵਾਲਾ ਆਈਕਨ ਹੈ ਉਹਨੂੰ ਵੀ ਦਬਾ ਦੇਣਾ ਤਾਂ ਕਿ ਨਵੀਂ ਵੀਡੀਓ ਕੋਈ ਵੀ ਅਪਲੋਡ ਕਰੀਏ ਤੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਜਿਹੜਾ ਮਿਲ ਸਕੇ ਤੇ ਤੁਸੀਂ ਸਭ ਤੋਂ ਪਹਿਲਾਂ ਉਹ ਜਿਹੜੇ ਆ ਸੋਹਣੇ ਸੋਹਣੇ ਡਿਜ਼ਾਈਨ ਆ ਬਣਾ ਕੇ ਤਿਆਰ ਕਰ ਸਕੋ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਦੇ ਆਂ ਪਹਿਲਾ ਕੁੰਡਾ ਉਤਾਰ ਲਵਾਂਗੇ ਉਸ ਤੋਂ ਬਾਅਦ ਦੋ ਕੁੰਡੇ ਉਲਟੇ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਉਲਟੇ ਬਣਾ ਲੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇੱਕ 2 3 ਤਿੰਨ ਕੁੰਡੇ ਸਿੱਧੇ ਬਣਾ ਲਏ ਹੁਣ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਵਾਂਗੇ। ਉਹ ਦੋ ਕੁੰਡੇ ਉਲਟੇ ਬਣਾਏ ਫਿਰ ਤਿੰਨ ਕੁੰਡੇ ਸਿੱਧੇ ਬਣਾਏ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਿੱਤਾ। ਉਸ ਤੋਂ ਬਾਅਦ ਧਾਗਾ ਕਰਾਂਗੇ ਅੱਗੇ ਦੋ ਕੁੰਡੇ ਫਿਰ ਉਲਟੇ ਬਣਾਵਾਂਗੇ। ਦੋ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਇੱਥੇ ਇੱਕ ਪਾਵਾਂਗੇ ਜਾਲੀ। ਜਾਲੀ ਪਾ ਲਈਏ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਇਹ ਹੀ 10 ਕੁੰਡੇ ਜਿਹੜੇ ਅਸੀਂ ਰਿਪੀਟ ਕਰਨੇ ਆ ਫਿਰ ਵੇਖੋ ਦੋ ਕੁੰਡੇ ਪਹਿਲਾਂ ਉਲਟੇ ਬਣਾਉਣੇ ਆ ਫਿਰ ਤਿੰਨ ਕੁੰਡੇ ਸਿੱਧੇ ਬਣਾਉਣੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਫਿਰ ਦੋ ਕੁੰਡੇ ਉਲਟੇ ਫਿਰ ਇੱਕ ਜਾਲੀ ਪਾਉਣੀ ਆ ਤੇ ਇੱਕ ਕੁੰਡਾ ਸਿੱਧਾ ਬਣਾਉਣਾ ਇਹ ਧਾਗਾ ਅੱਗੇ ਕਰਾਂਗੇ ਫਿਰ ਦੋ ਕੁੰਡੇ ਉਲਟੇ ਦੋ ਡਿਜ਼ਾਈਨ ਮੈਂ ਤੁਹਾਨੂੰ ਬਣਾ ਕੇ ਦਿਖਾ ਰਹੀ ਆ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਤਿੰਨ ਕੁੰਡੇ ਸਿੱਧੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਇੱਥੇ ਇੱਕ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਅੱਗੇ ਜਾ ਕੇ ਆਪਾਂ ਇੱਕ ਜਾਲੀ ਪਾ ਲੈਣੀ ਆ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲਾਂਗੇ ਪਹਿਲੀ ਸਲਾਈ ਬਣ ਗਈ ਆ ਦੂਸਰੀ ਸਲਾਈ ਜਿਹੜੀ ਵੇਖੋ ਕਿਸ ਤਰ੍ਹਾਂ ਬਣਾਉਣੀ ਆ ਜਿਹੜੇ ਕੁੰਡੇ ਤੁਹਾਨੂੰ ਜਿਸ ਤਰ੍ਹਾਂ ਨਜ਼ਰ ਆਉਂਦੇ ਉਸੇ ਤਰ੍ਹਾਂ ਬਣਾਉਣੇ ਆ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਫੇਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਫਿਰ ਧਾਗਾ ਅੱਗੇ ਕਰਾਂਗੇ ਚਾਰ ਕੁੰਡੇ ਉਲਟੇ 1 2 3 4 ਚਾਰ ਉਲਟੇ ਫਿਰ ਦੋ ਸਿੱਦੇ ਫਿਰ ਦੋ ਉਲਟੇ ਦੋ ਸਿੱਦੇ ਚਾਰ ਉਲਟੇ ਚਾਰ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਦੇ ਇਹ ਡਿਜ਼ਾਈਨ ਸਾਡਾ ਜਿਹੜਾ ਉਲਟੀ ਸਲਾਈ ਦੇ ਵਿੱਚ ਵੀ ਬਣੇਗਾ ਦੂਸਰੀ ਸਲਾਈ ਬਣ ਗਈ ਹੁਣ ਤੀਸਰੀ ਸਲਾਈਕ ਸੀ ਧਿਆਨ ਦੇ ਨਾਲ ਦੇਖਣੀ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਉਲਟੇ ਜਿਹੜੇ ਇਹ ਹਰ ਵਾਰ ਉਲਟੇ ਹੀ ਬਣਨਗੇ ਫਿਰ ਧਾਗਾ ਪਿੱਛੇ ਕਰਾਂਗੇ ਤੇ ਇੱਥੇ ਦੋ ਕੁੰਡੇ ਸਿੱਧੇ ਬਣਾਵਾਂਗੇ ਪਹਿਲਾਂ ਆਪਾਂ ਤਿੰਨ ਕੁੰਡੇ ਸਿੱਧੇ ਬਣਾਏ ਸੀ ਹੁ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇੱਥੇ ਸਾਡੇ ਕੁੰਡੇ ਜਿਹੜੇ ਉਹ ਘਟ ਰਹੇ ਆ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਤੇ ਇੱਥੇ ਇੱਕ ਪਾਵਾਂਗੇ ਜਾਲੀ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਜਿਹੜਾ ਕੁੰਡਾ ਸਾਡਾ ਐਸ ਜਗ੍ਹਾ ਤੇ ਘਟ ਰਿਹਾ ਹੈ ਉਹ ਐਸ ਜਗ੍ਹਾ ਤੇ ਜਾ ਕੇ ਵੱਧ ਰਿਹਾ ਹੈ ਇੱਕ ਡਿਜ਼ਾਈਨ ਬਣ ਗਿਆ ਫਿਰ ਅੱਗੇ ਦੋ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਰੂਟੇ ਬਣਾਵਾਂਗੇ ਫਿਰ ਇੱਥੇ ਇੱਕ ਜਾਲੀ ਪਾਵਾਂਗੇ ਤੇ ਦੋ ਕੁੰਡੇ ਸਿੱਧੇ ਬਣਾਵਾਂਗੇ ਪਹਿਲਾ ਇੱਕ ਕੁੰਡਾ ਸਿੱਧਾ ਬਣਾਇਆ ਸੀ ਹੁਣ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਦੋ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਤੀਸਰੀ ਸਲਾਈ ਬਣ ਗਈ ਆ ਹੁਣ ਆ ਗਏ ਹਾਂ ਚੌਥੀ ਸਲਾਈ ਤੇ ਚੌਥੀ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਹੁਣ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ 1 2 ਤਿੰਨ ਫਿਰ ਧਾਗਾ ਪਿੱਛੇ ਦੋ ਗੁੰਡੇ ਸਿੱਧੇ ਫਿਰ ਤਿੰਨ ਗੁੰਡੇ ਉਲਟੇ 1 2 3 ਫਿਰ ਦੋ ਸਿੱਧੇ ਜਿਹੜੇ ਤੁਹਾਨੂੰ ਸਿੱਧੇ ਨਜ਼ਰ ਆ ਰਹੇ ਨੇ ਉਹ ਸਿੱਧੇ ਬਣਾਉਣੇ ਅੱਗੇ ਜਾ ਕੇ ਜਦੋਂ ਡਿਜ਼ਾਈਨ ਥੋੜਾ ਜਿੰਨਾ ਬਣ ਜਾਏਗਾ ਤੇ ਸਾਰੇ ਗੁੰਡੇ ਆਪਣੇ ਆਪ ਸਾਫ਼ ਨਜ਼ਰ ਆਉਣ ਲੱਗ ਜਾਣਗੇ ਜਿਹੜੇ ਸਿੱਧੇ ਨਜ਼ਰ ਆਉਣਗੇ ਉਲਟੀ ਸਾਈਡ ਤੋਂ ਉਹ ਸਿੱਧੇ ਬਣਾਉਣੇ ਆ ਜਿਹੜੇ ਉਲਟੇ ਨਜ਼ਰ ਆਉਣਗੇ ਉਹ ਉਲਟੇ ਬਣਾਉਣੇ ਆ ਉਹ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਏਗਾ ਹੁਣ ਆਗੇ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਤੇ 12 ਸਲਾਈਆਂ ਦਾ ਟੋਟਲ ਇਹ ਡਿਜ਼ਾਈਨ ਹੈ ਦੋ ਕੁੰਡੇ ਉਲਟੇ ਬਣਾ ਲਏ ਫਿਰ ਤਾਂ ਅੱਜਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਪਹਿਲਾਂ ਤਿੰਨ ਸਿੱਧੇ ਬਣਾਏ ਸੀ ਫਿਰ ਦੋ ਹੁਣ ਇੱਕ ਗੁੰਡਾ ਸਿੱਧਾ ਬਣਾਵਾਂਗੇ ਦੋ ਕੁੰਡਿਆਂ ਤੋਂ ਇੱਕ ਗੁੰਡਾ ਕਰ ਲਵਾਂਗੇ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਇੱਥੇ ਪਾਵਾਂਗੇ ਇੱਕ ਜਾਲੀ ਹਰ ਵਾਰ ਇਧਰ ਵਾਲੀ ਸਾਈਡ ਤੇ ਆਪਾਂ ਜਾਲੀ ਪਾਉਣੀ ਹੈ ਫਿਰ ਦੋ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਧਾਗਾ ਅੱਗੇ ਦੋ ਕੁੰਡੇ ਉਲਟੇ ਫਿਰ ਪਾਵਾਂਗੇ ਜਾਲੀ ਤੇ ਤਿੰਨ ਗੁੰਡੇ ਸਿੱਧੇ 1 2 3 ਫਿਰ ਦੋ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਹਨ ਇਸ ਲਈ ਬਣ ਗਈ ਆ ਛੇਵੀਂ ਸਲਾਈ ਵੇਖੋ ਕਿਸ ਤਰ੍ਹਾਂ ਬਣਨੀ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਉਸ ਤੋਂ ਬਾਅਦ ਦੋ ਕੁੰਡੇ ਸਿੱਧੇ ਫਿਰ ਧਾਗਾ ਅੱਗੇ ਤਿੰਨ ਕੁੰਡੇ ਉਲਟੇ 1 2 3 ਸੌਰੀ ਚਾਰ ਕੁੰਡੇ ਉਲਟੇ

ਫਿਰ ਇੱਕ ਕੁੰਡਾ ਉਲਟਾ ਛੇਵੀਂ ਸਲਾਈ ਬਣ ਗਈ ਆ ਹੁਣ ਅੱਗੇ ਆਪਾਂ ਡਿਜ਼ਾਈਨ ਦੀ ਸਤਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਹੁਣ ਧਾਗਾ ਪਿੱਛੇ ਕਰ ਲਾਂਗੇ ਹੁਣ ਸਾਡੇ ਕੋਲ ਇਹ ਸਿਰਫ ਦੋ ਹੀ ਕੁੰਡੇ ਬਚੇ ਆ ਇਹ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਪਹਿਲਾਂ ਇੱਥੇ ਸਾਡੇ ਕੋਲੋਂ ਪੰਜ ਕੁੰਡੇ ਸੀ ਹੁਣ ਇੱਕ ਕੁੰਡਾ ਬਚ ਗਿਆ ਹੁਣ ਧਾਗਾ ਇੱਧਰ ਕਰਾਂਗੇ ਤੇ ਦੋ ਗੁੰਢੇ ਉਲਟੇ ਬਣਾਵਾਂਗੇ ਫਿਰ ਪਾਵਾਂਗੇ ਜਾਲੀ ਜਾਲੀ ਪਾਉਣ ਤੋਂ ਬਾਅਦ ਆਪਾਂ ਇੱਕ ਦੋ ਤਿੰਨ ਤੇ ਚਾਰ ਗੁੰਢੇ ਸਿੱਧੇ ਬਣਾਵਾਂਗੇ ਇੱਥੇ ਪਹਿਲਾਂ ਸਾਡੇ ਕੋਲ ਇੱਕ ਗੁੰਡਾ ਸੀ ਹੁਣ ਸਾਡੇ ਕੋਲ ਇੱਥੇ ਪੰਜ ਗੁੰਡੇ ਹੋ ਗਏ ਨੇ ਹੁਣ ਦੋ ਗੁੰਢੇ ਉਲਟੇ ਧਾਗਾ ਪਿੱਛੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਫਿਰ ਧਾਗਾ ਅੱਗੇ ਦੋ ਗੁੰਢੇ ਉਲਟੇ ਫਿਰ ਜਾਲੀ ਪਾਵਾਂਗੇ ਤੇ ਚਾਰ ਕੁੰਡੇ ਸਿੱਧੇ 1 2 3 4 ਫਿਰ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਸਤਵੀਂ ਸਲਾਈ ਬਣ ਗਈ ਆ ਹੁਣ ਅੱਠਵੀਂ ਸਲਾਈ ਜਿਹੜੀ ਆ ਫਿਰ ਵੇਖੋ ਕਿਸ ਤਰ੍ਹਾਂ ਬਣਨੀ ਆ ਜਿਸ ਤਰ੍ਹਾਂ ਤੁਹਾਨੂੰ ਕੁੰਡੇ ਨਜ਼ਰ ਆਉਂਦੇ ਨੇ ਉਸੇ ਤਰ੍ਹਾਂ ਹੀ ਬਣਾਉਣੇ ਨੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਪੰਜ ਕੁੰਡੇ ਉਲਟੇ 1 2 3 4 ਤੇ 5 ਫਿਰ ਦੋ ਕੁੰਡੇ ਸਿੱਧੇ ਫਿਰ ਇੱਕ ਕੁੰਡਾ ਉਲਟਾ ਫਿਰ ਦੋ ਕੁੰਡੇ ਸਿੱਧੇ ਆਪਣੇ ਆਪ ਤੁਹਾਨੂੰ ਇਹ ਕੁੰਡੇ ਜਿਹੜੇ ਬੈਕ ਸਾਈਡ ਤੋਂ ਨਜ਼ਰ ਆਉਣ ਲੱਗ ਜਾਣਗੇ ਕਿ ਤੁਸੀਂ ਕਿਸ ਤਰ੍ਹਾਂ ਬਣਾਉਣੇ ਪੰਜ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਫਿਰ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ 8 ਲਾਈਨਾਂ ਸਾਡੀਆਂ ਬਣ ਗਈਆਂ ਨੇ ਅੱਧਾ ਡਿਜ਼ਾਈਨ ਜਿਹੜਾ ਸਾਡਾ ਬਣ ਚੁੱਕਿਆ ਹੈ ਹੁਣ ਇਸ ਤੋਂ ਅੱਗੇ ਡਿਜ਼ਾਈਨ ਜਿਹੜਾ ਆਪਾਂ ਫੇਰ ਸਟਾਰਟ ਕਰਾਂਗੇ ਵੇਖੋ ਕਿਸ ਤਰ੍ਹਾਂ ਕਰਨਾ ਹੈ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਅੱਗੇ ਕਰਾਂਗੇ ਹੁਣ ਡਿਜ਼ਾਈਨ ਚੇਂਜ ਹੋਏਗਾ ਦੋ ਕੁੰਡੇ ਉਲਟੇ ਬਣਾਵਾਂਗੇ ਦੋ ਗੁੰਡੇ ਉਲਟੇ ਬਣਾਉਣ ਤੋਂ ਬਾਅਦ ਇੱਥੇ ਪਾਵਾਂਗੇ ਇੱਕ ਜਾਲੀ ਫਿਰ ਇੱਕ ਗੁੰਡਾ ਸਿੱਧਾ ਫਿਰ ਧਾਗਾ ਅੱਗੇ ਦੋ ਗੁੰਡੇ ਉਲਟੇ ਇਹ ਦਾ ਹੀ ਦੀ ਸਾਡੀ 9ਵੀਂ ਸਲਾਈ ਬਣ ਰਹੀ ਹੈ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਬਣਾਉਣ ਤੋਂ ਬਾਅਦ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰ ਦੇਵਾਂਗੇ ਹੋ ਜਿਹੜਾ ਡਿਜ਼ਾਈਨ ਪਹਿਲਾਂ ਇੱਥੇ ਬਣ ਰਿਹਾ ਸੀ ਹੁਣ ਇੱਥੇ ਬਣੇਗਾ ਫਿਰ ਦੋ ਕੁੰਡੇ ਉਲਟੇ ਫਿਰ ਪਾਵਾਂਗੇ ਜਾਲੀ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ 1 2 3 ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਵਾਂਗੇ ਫਿਰ ਦੋ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਨੋਮੀਸ ਲਾਈ ਬਣ ਗਈ ਆ ਹੁਣ ਆ ਗਏ ਹਾਂ 10ਵੀਂ ਸਲਾਈ ਤੇ 10ਵੀਂ ਸਲਾਈ 'ਚ ਜਿਹੜੇ ਕੁੰਡੇ ਤੁਹਾਨੂੰ ਜਿਸ ਤਰ੍ਹਾਂ ਨਜ਼ਰ ਆਉਂਦੇ ਆ ਇਹ ਜਿਹੜੇ ਦੋ ਕੁੰਡੇ ਸਿੱਧੇ ਜਾ ਰਹੇ ਨੇ ਇਹ ਹਰ ਵਾਰ ਸਿੱਧੇ ਜਾਣਗੇ ਸਿਰਫ ਉਲਟੇ ਕੁੰਡੇ ਜਿਹੜੇ ਉਹ ਬਦਲ ਘਟਣਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਫਿਰ ਚਾਰ ਕੁੰਡੇ ਉਲਟੇ 2 3 ਤੇ 4 ਉਲਟੇ ਫਿਰ ਧਾਗਾ ਪਿੱਛੇ ਦੋ ਸਿੱਧੇ ਫਿਰ ਦੋ ਉਲਟੇ

ਇਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਉਲਟੇ ਫਿਰ ਪਾਵਾਂਗੇ ਜਾਲੀ ਜਾਲੀ ਪਾਉਣ ਤੋਂ ਬਾਅਦ ਦੋ ਕੁੰਡੇ ਸਿੱਧੇ ਫਿਰ ਧਾਗਾ ਅੱਗੇ ਦੋ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਪਾਵਾਂਗੇ ਜਾਲੀ ਤੇ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ 11ਵੀਂ ਸਲਾਈ ਬਣ ਗਈ ਆ ਹੁਣ ਆ ਗਏ ਆ ਡਿਜ਼ਾਈਨ ਦੀ 12ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ

ਫਿਰ ਦੋ ਗੁੰਡੇ ਸਿੱਧੇ ਤਿੰਨ ਗੁੰਡੇ ਉਲਟੇ ਦੋ ਗੁੰਡੇ ਸਿੱਧੇ ਇੱਕ ਗੁੰਡਾ ਉਲਟਾ 12ਵੀਂ ਸਲਾਈ ਬਣ ਗਈ ਆ ਹੁਣ ਆ ਗਏ ਆ ਡਿਜ਼ਾਈਨ ਦੀ 13ਵੀਂ ਸਲਾਈ ਤੇ ਪਹਿਲਾ ਗੁੰਡਾ ਉਤਾਰ ਲਿਆ ਫਿਰ ਦੋ ਗੁੰਡੇ ਉਲਟੇ ਬਣਾਵਾਂਗੇ ਫਿਰ ਜਾਲੀ ਪਾਵਾਂਗੇ ਫਿਰ ਤਿੰਨ ਗੁੰਡੇ ਸਿੱਧੇ ਇੱਕ ਦੋ ਤਿੰਨ ਸਿੱਧੇ ਫਿਰ ਦੋ ਉਲਟੇ ਧਾਗਾ ਪਿੱਛੇ ਇੱਕ ਗੁੰਡਾ ਸਿੱਧਾ ਦੋ ਗੁੰਡਿਆਂ ਤੋਂ ਇੱਕ ਗੁੰਡਾ ਫਿਰ ਦੋ ਗੁੰਡੇ ਉਲਟੇ ਫਿਰ ਚਾਲੀ ਪਾਵਾਂਗੇ ਤਿੰਨ ਗੁੰਡੇ ਸਿੱਧੇ ਇੱਕ ਦੋ ਤਿੰਨ ਦੋ ਗੁੰਡੇ ਫਿਰ ਉਲਟੇ ਇੱਕ ਗੁੰਡਾ ਸਿੱਧਾ ਦੋ ਗੁੰਡਿਆਂ ਤੋਂ ਇੱਕ ਕੁੰਡਾ ਫਿਰ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਤੇ ਇਹਨੂੰ ਇਸ ਲਾਈ ਬਣ ਗਈ ਹੁਣ ਆ ਗਏ 14ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ 1 2

ਇੱਲਾ ਕੁੰਡਾ ਉਤਾਰ ਲਵਾਂਗੇ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਇੱਕ ਜਾਲੀ ਪਾਵਾਂਗੇ ਤੇ ਚਾਰ ਕੁੰਡੇ ਸਿੱਧੇ 1 2 3 4 ਸਿੱਧੇ ਧਾਗਾ ਅੱਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਅੱਗੇ ਦੋ ਕੁੰਡੇ ਉਲਟੇ ਇੱਕ ਪਾਵਾਂਗੇ ਜਾਲੀ ਚਾਰ ਕੁੰਡੇ ਸਿੱਧੇ 1 2 ਦੇਨ 4 ਦੋ ਕੁੰਡੇ ਉਲਟੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਅੱਗੇ ਦੋ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ 15ਵੀਂ ਸਲਾਈ ਬਣ ਗਈ ਆ ਹੁਣ ਆਗੇ ਆ ਡਿਜ਼ਾਈਨ ਦੀ 16ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਤੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ 1 2 3 4 5 ਉਲਟੇ ਫਿਰ ਦੋ ਸਿੱਧੇ ਫਿਰ ਇੱਕ ਉਲਟਾ ਦੋ ਸਿੱਧੇ ਪੰਜ ਉਲਟੇ 1 2 3 4 5 ਫਿਰ ਦੋ ਸਿੱਧੇ ਇੱਕ ਉਲਟਾ 16 ਸਲਾਈਆਂ ਸਾਡੀਆਂ ਬਣ ਗਈਆਂ ਨੇ 16 16 ਸਲਾਈਆਂ ਅਸੀਂ ਬਣਾਉਂਦੇ ਜਾਣਾ ਆ ਤੇ ਡਿਜ਼ਾਈਨ ਸਾਡਾ ਇਸ ਤਰ੍ਹਾਂ ਵੇਖੋ ਬਣਦਾ ਜਾਣਾ ਆ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਉਂਦਾ ਆ ਇਹ ਵੇਖੋ ਇੱਥੋਂ ਇੱਕ ਟੁਕੜੀ ਸ਼ੁਰੂ ਹੋਈ ਆ ਤੇ ਇੱਥੇ ਜਾ ਕੇ ਖਤਮ ਹੋ ਗਈ ਇਹ ਅੱਧੀ ਬਣੀ ਆ ਫਿਰ ਇਸ ਤੋਂ ਅੱਗੇ ਫਿਰ ਇਹ ਪੂਰੀ ਬਣੇਗੀ ਫਿਰ ਜਿਸ ਤਰ੍ਹਾਂ ਆਪਾਂ ਥੱਲੇੋਂ ਸਟਾਰਟ ਕੀਤਾ ਸੀ ਉਸੇ ਤਰ੍ਹਾਂ ਇਸ ਤਰ੍ਹਾਂ ਡਿਜ਼ਾਈਨ ਜਿਹੜਾ ਉਹ ਸਟਾਰਟ ਕਰਨਾ ਆ ਅੱਗੇ ਤੋਂ ਅੱਗੇ ਅਸੀਂ ਡਿਜ਼ਾਈਨ ਜਿਹੜਾ ਬਣਾਉਂਦੇ ਜਾਣਾ ਆ ਤੇ ਡਿਜ਼ਾਈਨ ਬਣਨ ਤੋਂ ਬਾਅਦ ਇਸ ਤਰ੍ਹਾਂ ਨਜ਼ਰ ਆਉਣਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਵੀਡੀਓ ਪਸੰਦ ਆਉਂਦੀ ਹੈ ਤੇ ਲਾਈਕ ਕਰ ਦਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ